ਅੱਜ ਡਾਕਟਰ ਜਸਪਾਲ ਸਿੰਘ ਨੂੰ ਰਾਸ਼ਟਰੀ ਘੱਟ ਗਿਣਤੀ ਦਾ ਵਿੱਦਿਅਕ ਸੰਸਥਾਵਾਂ ਦਾ ਮੈਂਬਰ ਬਣਾਇਆ ਗਿਆ ਗੁਰਮਤਿ ਕਾਲਜ ਵੱਲੋਂ, ਅੱਜ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ, ਅਤੇ ਉਸ ਬਾਰੇ ਆਪ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਬਾਰੇ? ਹਾਂ, ਬੜੀ ਖੁਸ਼ੀ ਮਹਿਸੂਸ ਕਰ ਰਿਹਾ, ਮਾਣ ਮਹਿਸੂਸ ਕਰ ਰਿਹਾ ਕਿ ਡਾਕਟਰ ਸਾਹਿਬ ਗੁਰਮਤਿ ਕਾਲਜ ਦਾ ਇੱਕ ਬਹੁਤ ਵੱਡਾ ਹਿੱਸਾ ਨੇ। ਉਹਨਾਂ ਨੇ ਗੁਰਮਤਿ ਕਾਲਜ ਨੂੰ ਬਣਾਉਣ ਵਿੱਚ ਔਰ ਜਿਸ ਮੁਕਾਮ ਵਿੱਚ ਅੱਜ ਗੁਰਮਤਿ ਕਾਲਜ ਪਹੁੰਚਿਆ ਉਸ ਵਿੱਚ ਉਹਨਾਂ ਦਾ ਡਾਕਟਰ ਸਾਹਿਬ ਦਾ ਬਹੁਤ ਵੱਡਾ ਜਿਹੜਾ ਉਹ ਪਾਰਟੀਸਪੇਸ਼ਨ ਹੈ। ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਆਪਣੀਆਂ ਪਹਿਲੀਆਂ ਅਸਾਈਨਮੈਂਟਸ ਦੇ ਵਿੱਚ, ਚਾਹੇ ਉਹ ਦੇਸ਼ ਦੇ ਰਾਜਦੂਤ ਬਣ ਕੇ ਮੁਜ਼ਾਂਬਿਕ ਵਿੱਚ ਗਏ, ਚਾਹੇ ਉਹ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿੱਚ ਜੋ ਅੱਜ ਜਿਸ ਮੁਕਾਮ 'ਤੇ ਹੈ ਉਸ ਵਿੱਚ ਡਾਕਟਰ ਸਾਹਿਬ ਦੀ ਮਿਹਨਤ ਔਰ ਲਗਨ ਦਿਖਦੀ ਹੈ, ਔਰ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਸੇਵਾ ਜਿਹੜੀ ਉਹਨਾਂ ਨੇ 9 ਸਾਲ ਕੀਤੀ, ਉਸ ਨਾਲ ਜਿੱਥੇ ਅਕੈਡਮਿਕ ਪੰਜਾਬੀ ਯੂਨੀਵਰਸਿਟੀ ਨੂੰ ਇਹਨਾਂ ਨੇ ਉੱਤੇ ਚੁੱਕਿਆ, ਉੱਥੇ ਪੰਜਾਬੀ ਦੀ ਜੋ ਇਹਨਾਂ ਨੇ ਸੇਵਾ ਕੀਤੀ ਪੂਰੇ ਵਰਲਡ ਦੇ ਵਿੱਚ ਇੰਟਰਨੈਸ਼ਨਲ ਕਾਨਫਰੰਸਿਸ ਕਰਕੇ ਔਰ ਨੈਸ਼ਨਲ ਕਾਨਫਰੰਸਿਸ ਕਰਕੇ, ਮੈਂ ਸਮਝਦਾ ਕਿ ਇਹਨਾਂ ਦੀ ਪੰਜਾਬੀ ਪ੍ਰਤੀ ਲਗਨ ਨੂੰ ਦੇਖ ਕੇ ਪੰਜਾਬ ਨੇ ਜੋ ਪੰਜਾਬੀ ਦੇ ਵਿੱਚ ਜਿਤਨੀਆਂ ਪੁਲਾਂਘਾਂ ਮਾਰੀਆਂ ਅਕਾਲੀ ਰਾਜ ਦੇ ਵਿੱਚ, ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਦੀ ਉਹਦੇ ਵਿੱਚ ਬੜੀ ਵੱਡੀ ਪਾਰਟੀਸਪੇਸ਼ਨ ਔਰ ਡਾਕਟਰ ਸਾਹਿਬ ਦਾ ਬੜਾ ਵੱਡਾ ਉਹਦੇ 'ਚ ਹਿੱਸਾ ਹੈ। ਔਰ ਮੈਂ ਹੁਣ ਵੀ ਦਿਲ ਦੀਆਂ ਗਹਿਰਾਈਆਂ ਤੋਂ ਇਹ ਮਹਿਸੂਸ ਕਰਦਾ ਕਿ ਡਾਕਟਰ ਸਾਹਿਬ ਜਿਸ ਹੁਣ ਨਵੀਂ ਅਸਾਈਨਮੈਂਟ ਦੇ ਵਿੱਚ ਨੇ, ਇੱਥੇ ਵੀ ਡਾਕਟਰ ਸਾਹਿਬ ਜਿਸ ਤਰ੍ਹਾਂ ਚਾਹੇ ਤਾਂ ਰਾਜਦੂਤ ਬਣ ਕੇ ਚਾਹੇ ਵਾਈਸ ਚਾਂਸਲਰ ਬਣ ਕੇ ਜਿਸ ਤਰ੍ਹਾਂ ਸਫਲਤਾ ਦੀਆਂ ਬੁਲੰਦੀਆਂ ਛੂੰਹਦੇ ਰਹੇ, ਇੱਥੇ ਵੀ ਡਾਕਟਰ ਸਾਹਿਬ ਆਪਣਾ ਨਾਮ ਰੋਸ਼ਨ ਜ਼ਰੂਰ ਕਰਨਗੇ। ਔਰ ਇੱਥੇ ਮੈਨੂੰ ਲੱਗਦਾ ਕਿ ਅੱਜ ਕੌਮੀ ਤੌਰ 'ਤੇ ਵੀ ਸਾਨੂੰ ਇਸ ਗੱਲ ਦਾ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ, ਔਰ ਇਸ ਗੱਲ ਨੂੰ ਅਸੀਂ ਵੀ ਆਰ ਪ੍ਰਾਊਡ ਆਫ ਕਿ ਡਾਕਟਰ ਜਸਪਾਲ ਸਿੰਘ ਇਸ ਮੁਕਾਮ 'ਤੇ ਪਹੁੰਚੇ ਨੇ।